ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸੰਗਤ ਸਾਹਿਬ ਵਿਖੇ ਜੀ। ਇਹ ਉਹ ਸਥਾਨ ਆ ਦਸਵੇਂ ਪਾਤਸ਼ਾਹ ਜਦੋਂ ਹੀਰਾ ਘਾਟ ਬਾਹਮਣਵਾੜਾ ਤੋਂ ਪਹਿਲੀ ਵਾਰ ਨੰਦੇੜ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪਾਤਸ਼ਾਹ ਨੇ ਚਰਨ ਪਾਏ ਸੀ ਤਾਂ ਪਾਤਸ਼ਾਹ ਸਭ ਤੋਂ ਪਹਿਲਾਂ ਜੀ ਇਸ ਗੁਰਦੁਆਰਾ ਸਾਹਿਬ ਇਸ ਸਥਾਨ ਉੱਤੇ ਆਏ ਸੀ ਜੀ। ਪਾਤਸ਼ਾਹ ਇਸ ਜਗ੍ਹਾ ਆਏ ਬੈਠੇ ਪਾਤਸ਼ਾਹ ਸੰਗਤ ਨਾਲ ਗੱਲਬਾਤ ਕਰਦੇ ਸੀ, ਕਥਾ ਨਾਲ ਪਾਤਸ਼ਾਹ ਸੰਗਤ ਨੂੰ ਨਿਹਾਲ ਕਰਦੇ ਸੀ ਜੀ। ਅਤੇ ਪਾਤਸ਼ਾਹ ਦੇ ਨਾਲ ਜੀ ਜਿਹੜੀਆਂ ਸਿੱਖ ਫੌਜਾਂ ਪੰਜਾਬ ਤੋਂ ਆਈਆਂ ਸੀ ਉਹ ਤਨਖਾਹ ਦੀ ਮੰਗ ਕਰਨ ਲੱਗੀਆਂ ਸੀ। ਫਿਰ ਦਸਵੇਂ ਪਾਤਸ਼ਾਹ ਨੇ ਮਾਲ ਟੇਕੜੀ ਦੇ ਅਸਥਾਨ ਤੋਂ, ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਉਸ ਅਸਥਾਨ ਦੇ ਵੀ ਦਰਸ਼ਨ ਕਰਵਾਵਾਂਗੇ ਜੀ, ਅਤੇ ਜਿਸ ਲੱਕੜ ਸ਼ਾਹ ਫਕੀਰ ਨੇ ਉਸ ਖਜ਼ਾਨੇ ਦੀ ਰਾਖੀ ਕੀਤੀ ਸੀ ਆਪਾਂ ਉਹਨਾਂ ਦੇ ਅਸਥਾਨ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ। ਤਾਂ ਪਾਤਸ਼ਾਹ ਨੇ ਉਸ ਮਾਲ ਟੇਕੜੀ ਦੇ ਅਸਥਾਨ ਤੋਂ ਖਜ਼ਾਨਾ ਖਦਵਾ ਕੇ ਜੀ ਢਾਲਾਂ ਭਰ ਭਰ ਕੇ ਸਿੱਖ ਫੌਜਾਂ ਨੂੰ ਵੰਡੀਆਂ ਸੀਗੀਆਂ ਜੀ। ਉਹ ਢਾਲ ਜਿਸ ਨਾਲ ਪਾਤਸ਼ਾਹ ਨੇ ਖਜ਼ਾਨਾ ਵੰਡਿਆ ਸੀ ਉਹ ਵੀ ਇਸ ਅਸਥਾਨ ਉੱਤੇ ਇਸ ਗੁਰੂ ਘਰ ਦੇ ਵਿੱਚ ਮੌਜੂਦ ਆ ਜੀ, ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਜੀ ਸਾਡੇ ਨਾਲ ਜੀ। ਇਹ ਆ ਜੀ ਉਹ ਇਤਿਹਾਸਕ ਢਾਲ ਜਿਸ ਨਾਲ ਦਸਵੇਂ ਪਾਤਸ਼ਾਹ ਨੇ ਸਿੱਖ ਫੌਜਾਂ ਨੂੰ ਸੋਨੇ ਦੀਆਂ ਮੋਹਰਾਂ ਵੰਡੀਆਂ ਸੀ ਜੀ। ਆਪਾਂ ਸਭ ਨੇ ਮਿਲ ਕੇ ਜੀ ਇਸ ਗੁਰਦੁਆਰਾ ਸਾਹਿਬ ਸੰਗਤ ਸਾਹਿਬ ਦੇ ਦਰਸ਼ਨ ਕਰ ਲਏ ਨੇ ਜੀ। ਚੱਲਦੇ ਹਾਂ ਹੁਣ ਆਪਾਂ ਅਗਲੇ ਗੁਰਦੁਆਰਾ ਸਾਹਿਬ ਨੂੰ ਜੀ। ਬਣੇ ਰਹੋ ਇਸ ਹਜ਼ੂਰ ਸਾਹਿਬ ਦੀ, ਇਸ ਅਬਚਲ ਨਗਰ ਦੀ ਪੂਰੀ ਵੀਡੀਓ ਪੂਰੀ ਸੀਰੀਜ਼ ਦੇ ਵਿੱਚ ਸਾਡੇ ਨਾਲ ਜੀ। ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਇਸ ਸਾਈਡ ਤੁਸੀਂ ਦੇਖ ਸਕਦੇ ਹੋ ਸਵੀਟ ਕਾਰਨ ਬੱਚੇ ਵੇਚ ਰਹੇ ਨੇ ਜੀ, ਤੇ ਅੱਗੇ ਪੌਪਕੋਰਨ ਤੇ ਕੁਛ ਹੋਰ ਸਨੈਕਸ ਵਿਕ ਰਹੇ ਨੇ, ਤੁਸੀਂ ਇੱਥੇ ਆ ਕੇ ਖਾ ਸਕਦੇ ਹੋ। ਇਸ ਏਰੀਏ ਦੇ ਵਿੱਚ ਜਿਹੜੇ ਭੱਠੇ ਨੇ ਤੁਸੀਂ ਦੇਖ ਸਕਦੇ ਹੋ ਇੱਟਾਂ ਦੇ ਬਿਨਾਂ ਚਿਮਨੀ ਤੋਂ ਭੱਠੇ ਨੇ ਇਹ। ਇੱਥੇ ਵਾਲੀਆਂ ਮੱਝਾਂ ਦੇ ਨਾ ਸਿੰਘ ਦੇਖੋ ਕਿੱਡੇ ਕਿੱਡੇ ਨੇ, ਦੇਖੋ ਤੁਸੀਂ ਸਿੰਘ ਮੱਝਾਂ ਦੇ, ਆ ਸਿੰਘ ਦੇਖੋ ਮੱਝਾਂ ਦੇ, ਆ
ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਵਿਖੇ। ਇਹ ਉਹ ਸਥਾਨ ਆ ਜਿਸ ਜਗ੍ਹਾ ਦਸਵੇਂ ਪਾਤਸ਼ਾਹ ਨੇ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਕਹੇ ਹੋਏ ਬਚਨਾਂ ਅਨੁਸਾਰ ਜੀ ਮੂਲੇ ਖੱਤਰੀ ਦਾ ਉਧਾਰ ਕੀਤਾ ਸੀ। ਮੂਲਾ ਖੱਤਰੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਵੱਡਾ ਸ਼ਰਧਾਲੂ ਸੀ, ਪਰ ਇੱਕ ਦਿਨ ਮੂਲਾ ਜੀ ਆਪਣੀ ਘਰਵਾਲੀ ਦੇ ਪਿੱਛੇ ਲੱਗ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਜਾਣ ਤੋਂ ਮੁਨਕਰ ਹੋ ਗਿਆ। ਉਹ ਘਰ ਵਿੱਚ ਪਈਆਂ ਪਾਥੀਆਂ ਦੇ ਵਿੱਚ ਲੁਕ ਗਿਆ ਜੀ। ਪਾਥੀਆਂ ਦੇ ਵਿੱਚੋਂ ਸੱਪ ਨਿਕਲ ਕੇ ਮੂਲੇ ਖੱਤਰੀ ਨੂੰ ਸੱਪ ਨੇ ਡੱਸ ਲਿਆ ਜੀ। ਮੂਲੇ ਖੱਤਰੀ ਦੀ ਘਰਵਾਲੀ ਧੰਨ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੀ ਵੀ ਤੁਸੀਂ ਦੇਖੋ ਤੁਹਾਡੇ ਸ਼ਰਧਾਲੂ ਨੂੰ ਕੀ ਹੋ ਗਿਆ ਆ। ਤਾਂ ਪਾਤਸ਼ਾਹ ਨੇ ਬਚਨ ਕੀਤੇ ਸੀ, ਭਾਈ ਤੈਨੂੰ ਅਸੀਂ ਕਿਹਾ ਸੀ ਮੂਲਾ ਕਿੱਥੇ ਆ, ਤੂੰ ਤਿੰਨੋਂ ਵਾਰ ਕਿਹਾ ਵੀ ਮੂਲਾ ਹੈ ਨਹੀਂ। ਪਾਤਸ਼ਾਹ ਕਹਿਣ ਲੱਗੇ, ਭਾਈ ਜੇ ਹੈ ਨਹੀਂ ਤਾਂ ਹੈ ਹੀ ਨਹੀਂ ਸੀ। ਕੋਈ ਗੱਲ ਨਹੀਂ, ਪਾਤਸ਼ਾਹ ਕਹਿੰਦੇ ਦਸਵੇਂ ਜਾਮੇ ਵਿੱਚ ਆਵਾਂਗੇ, ਫਿਰ ਇਸ ਮੂਲੇ ਦਾ ਉਧਾਰ ਕਰਾਂਗੇ ਜੀ। ਬਹੁਤ ਸੋਹਣਾ ਇਹ ਸਥਾਨ ਬਣਿਆ ਹੋਇਆ ਹੈ ਜੀ, ਅਤੇ ਬਹੁਤ ਵੱਡਾ ਸਥਾਨ ਬਣਿਆ ਹੋਇਆ। ਗੁਰਦੁਆਰਾ ਸਾਹਿਬ ਦਾ ਅਸੀਂ ਇਤਿਹਾਸ ਪੜ੍ਹ ਸਕਦੇ ਹਾਂ ਜੀ। ਮੂਲਾ ਖੱਤਰੀ ਜੀ ਸਮੇਂ 'ਤੇ ਬੇਮੁੱਖ ਹੋ ਗਏ ਸਨ, ਅਤੇ ਉਹਨਾਂ ਨੂੰ ਗੁਰੂ ਜੀ ਨੇ ਬਚਨ ਦੇ ਅਨੁਸਾਰ ਕਿਹਾ ਸੀ ਕਿ ਅਸੀਂ ਦਸਵੇਂ ਜਾਮੇ ਵਿੱਚ ਆ ਕੇ ਤੇਰਾ ਉਧਾਰ ਕਰਾਂਗੇ। ਦਸਵੇਂ ਪਾਤਸ਼ਾਹ ਨੇ ਫਿਰ ਇਸ ਜਗ੍ਹਾ ਦੇ ਉੱਤੇ ਜੀ ਤੀਰ ਦੇ ਨਾਲ ਮੂਲੇ ਖੱਤਰੀ ਦਾ ਉਧਾਰ ਕੀਤਾ ਸੀਗਾ ਜੀ। ਇਹ ਉਹ ਸਥਾਨ ਆ ਜੀ, ਬਹੁਤ ਸੋਹਣਾ ਸਥਾਨ ਬਣਿਆ ਹੋਇਆ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ। ਜਿਹੜਾ ਪਾਤਸ਼ਾਹ ਦੇ ਨਾਲ ਰਾਜਾ ਸੀਗਾ ਉਹ ਕਹਿਣ ਲੱਗਿਆ ਵੀ ਤੁਸੀਂ ਐਡੇ ਵੱਡੇ ਰਾਜੇ ਹੋ ਅਤੇ ਤੁਸੀਂ ਇੱਕ ਛੋਟੇ ਜਿਹੇ ਖਰਗੋਸ਼ ਦਾ ਸ਼ਿਕਾਰ ਕੀਤਾ, ਅਤੇ ਪਾਤਸ਼ਾਹ ਨੇ ਕਿਹਾ ਸੀ ਵੀ ਭਾਈ ਤੂੰ ਜਾ ਕੇ ਦੇਖ। ਜਦੋਂ ਰਾਜਾ ਆਇਆ ਨਾ ਉਹਨੇ ਦੇਖਿਆ ਤਾਂ ਜਿਹੜਾ ਖਰਗੋਸ਼ ਸੀ ਉਹ ਮੂਲੇ ਦੇ ਰੂਪ ਦੇ ਵਿੱਚ ਸੀਗਾ ਜੀ। ਅੱਜੋ ਚੱਲਦੇ ਹਾਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਨੂੰ ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆਪਣੇ ਸਾਥੀ ਨਾਲ ਦੇ ਸਾਰੇ ਬਹਿ ਗਏ ਨੇ ਗੱਡੀ 'ਚ ਜੀ, ਅਤੇ ਚੱਲਦੇ ਹਾਂ ਆਪਾਂ ਹੁਣ ਅਗਲੇ ਸਥਾਨ ਵੱਲ ਨੂੰ ਜੀ। ਬਣੇ ਰਹੋ ਪੂਰੀ ਵੀਡੀਓ ਦੇ ਵਿੱਚ ਸਾਡੇ ਨਾਲ ਜੀ। ਬੋਲੇ ਸੋ ਨਿਹਾਲ,
ਇੱਕ ਗੱਲ ਨਾ ਤੁਸੀਂ ਉਰੇ ਹੋਰ ਨੋਟ ਕਰਿਓ, ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਨਾ ਜਿੰਨੇ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਹਨਾਂ ਦੇ ਵਿੱਚ ਵੱਡੇ ਵੱਡੇ ਦਰੱਖਤ ਲੱਗੇ ਹੋਏ ਨੇ। ਨੇਚਰ ਆ, ਕੁਦਰਤ ਆ ਜਿਹੜੀ ਬਹੁਤ ਬਹੁਤ ਸੋਹਣਾ ਲੱਗਦਾ ਜੀ, ਗਲਿਆਰਾ ਜੋ ਦਰੱਖਤ ਲੱਗੇ ਹੁੰਦੇ ਨੇ।